बिसम अस्सलाम वालेकुम कैसे हो सब उम्मीद है कि सब बहन भाई खैर खेसे खे, 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 होंगे अल्लाह ताला तमाम बहन भाइयों को खुश रखे शादुबाद रहे डेरो खुश नवाजे इस दुआ के साथ हम आज के ब्लॉग का आगाज़ करते हैं एक छोटी सी रिक्वेस्ट बहन भाइयों से कि नीचे को यूट्यूब पर ज़्यादा से ज़्यादा लाइक करें शेयर करें और सब्सक्राइब करें तो इसी के साथ हम आज के ब्लॉग का आगाज़ करते हैं और एक छोटी सी और भी रिक्वेस्ट है कि देखें आज मैं अपने जियान बेटा की जो है ना वो मुकम्मल वीडियोस जितनी भी हमने पहले बना के रखी हुई थी वो अपलोड कर रहे हैं और प्लीज़ ਪੂਰੀ ਵਾਚ ਕਰਨਾ ਔਰ ਹਮੇ ਆਪਣੇ ਕਮੈਂਟਸ ਕੇ ਜ਼ਰੀਏ ਜੋ ਹੈ ਨਾ ਉਹ ਜ਼ਰੂਰ ਰਾਇ ਸ਼ੇਅਰ ਕਰਨਾ ਥੈਂਕ ਯੂ ਐਸ ਜ਼ਿਆਨ ਸੋਰੀਆ ਵਾ ਇਹਨਾਂ ਦੇ ਪਪਾ ਨੇ ਪਕੜਾਇਆ ਵਾ ਤੇ ਮੈਂ ਇਧਰ ਉਧਰ ਦੀ ਫਰਾਕਸ ਲਾਈ ਕਰਦੀ ਸੀ ਇੱਥੇ ਬੈਠਾ ਮਾਰ ਪੜ ਰਿਹਾ ਵਾ ਮਾਰਨਾ ਆਦਨ ਦੇ ਉੱਪਰ ਪਾਉਂਦਾ ਜ਼ਿਆਦਾਤਰ ਮਛਦਾਨੀਆਂ ਅੱਜ ਲੱਗੀ ਅਸੀਂ ਇਕੱਠੀ ਨਹੀਂ ਕੀਤੀ ਸਾਡਾ ਟਾਈਮ ਹੀ ਨਹੀਂ ਲੱਗਿਆ ਅੱਛਾ ਮੈਂ ਕੀ ਕਹਿ ਨਹੀਂ ਅੱਜ ਹਾਂਜੀ ਜ਼ਿਆਨ ਦੀਆਂ ਜਿਹੜੀਆਂ ਪਿਛਲੇ ਸਾਰੇ ਕਲਿੱਪ ਬਣਾ ਕੇ ਰੱਖੇ ਹੈ ਜ਼ਿਆਨ ਦੀ ਵੀਡੀਓ ਨਾ ਬਣਾਈਏ ਕਿ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਨਾ ਕਰੀਏ ਹਾਂਜੀ ਜੀ ਜ਼ਿਆਨ ਦੀ ਕੱਲੇ ਦੀ ਕੱਲੀ ਵੀਡੀਓ ਜਿਹੜੀ ਹੈ ਨਾ ਮੁਹੰਮਦ ਜ਼ਿਆਨ ਦੀ ਦੇਖਣ ਵਾਲੇ ਪਹਿਣ ਪਰਾਏ ਦੀਆਂ ਸ਼ਰਾਰਤਾਂ ਇਹਦੀਆਂ ਜਿੰਨੀਆਂ ਯਾਨੀ ਕਿ ਕਯੂਬਸ ਸੀ ਤਸਵੀਰਾਂ ਸਭ ਜਿੰਨੇ ਕਲਿੱਪ ਅਸੀਂ ਰੱਖੇ ਹੋਏ ਸੀ ਹਾਂਜੀ ਕੋਈ ਐਡਾ ਤਿਆਰ ਤੁਰ ਕਰਕੇ ਨਹੀਂ ਬਣਾਈਆਂ ਅਸੀਂ ਵੈਸੇ ਉਹ ਬਣਾ ਕੇ ਕਿਤੇ ਇੱਕ ਦੂਸਰੇ ਨੂੰ ਮਤਲਬ ਦਿਖਾਈਆਂ ਹੋਈਆਂ ਵਾ ਪਹਿਣਾ ਪਰਾਵਾ ਨੂੰ ਤੇ ਲੇਕਿਨ ਉਹ ਨਾ ਮਤਲਬ ਵੀ ਜਿਸ ਤਰ੍ਹਾਂ ਜੇ ਕਿਸੇ ਦਾ ਫੋਨ ਆਉਂਦਾ ਅਸੀਂ ਜ਼ਿਆਨ ਦੀ ਵੀਡੀਓ ਬਣਾ ਕੇ ਭੇਜੋ ਜਾਂ ਜ਼ਿਆਨ ਦੀਆਂ ਤਸਵੀਰਾਂ ਭੇਜੋ ਤੇ ਉਸੇ ਤਰ੍ਹਾਂ ਭੇਜ ਦੇ ਦਈਆਂ ਸੀ ਤੇ ਅਕਸਰ ਜ਼ਿਆਨ ਨੂੰ ਸਰਦੀ ਸੀ ਉਸ ਕੱਪੜੇ નીચે ਚੇਂਜ ਕਰਦੇ ਨਾ ਤੇ ਜਿਸ ਤਰ੍ਹਾਂ ਦੇ ਕੱਪੜਿਆਂ ਚ ਹੈ ਸੀ ਅੱਛਾ ਤੇ ਉਸ ਤਰ੍ਹਾਂ ਹੀ ਉਹ ਬਣਾਈਆਂ ਹੋਈਆਂ ਵਾ ਤੇ ਮੈਂ ਸੋਚਦੀ ਆ ਚਲੋ ਉਹਨਾਂ YouTube ਤੇ ਅਪਲੋਡ ਹੋ ਜਾਏਗੀ ਜਦੋਂ ਮਰਜ਼ੀ ਕੱਟ ਕੇ ਦੇਖ ਲਈਏ ਕਿਉਂਕਿ ਸਾਡੇ ਮੋਬਾਈਲਾਂ ਦੇ ਵਿੱਚ ਜ਼ਿਆਦਾਤਰ ਕੱਟੀਆਂ ਜਾਂਦੀਆਂ ਵਾ ਬਿਲਕੁਲ ਹਾਂ ਕਿਉਂਕਿ ਇੰਨੀਆਂ ਨਹੀਂ ਅਸੀਂ ਰੱਖ ਸਕਦੇ ਹੈਗੇ ਮੋਬਾਈਲ ਦੇ ਵਿੱਚ ਹੋਰ ਵੀ ਵੀਡੀਓ ਬਣਾਉਣੀਆਂ ਆਉਂਦੀਆਂ ਫਿਰ ਬਹੁਤ ਜ਼ਿਆਦਾ ਨਾ ਵੀਡੀਓ ਨਹੀਂ ਬੰਦ ਰੱਖ ਸਕਦਾ ਤੇ ਮੈਂ ਕਹਿ ਰਹੀਆਂ ਕਿ ਇਸ ਤਰ੍ਹਾਂ ਨੇ ਇੱਕ ਅਪਲੋਡ ਹੋ ਜਾਏਗੀ ਵੀਡੀਓ ਮੁਕੰਮਲ ਬਣ ਕੇ ਤਾਂ ਜੀਤੋ ਜ਼ਿਆਨ ਬੜਾ ਹੋਇਆਗਾ ਨੇ ਕਾਲ-ਕਾਲ ਕੇ ਦਿਖਾਇਆ ਕਰਾਂਗੇ ਬਿਲਕੁਲ ਨਹੀਂ ਤੁਸੀਂ ਸਹੀ ਹੈ ਹਸਲਾ ਲੇਤਾ ਕਿ ਜਿਹੜਾ ਇੱਥੇ ਮੈਂ ਦੋ ਤਸਵੀਰਾਂ ਰੱਖੀਆਂ ਵਾਂ ਅਦਨ ਤੇ ਉਮਾਰ ਛੋਟਿਆਂ ਦੇ ਕਿਸ ਤਰ੍ਹਾਂ ਦੇ ਹੁੰਦੇ ਸੀ ਮੈਂ ਕਿਹਾ ਸੀ ਉਹ ਵੀ ਦਿਖਾਉਂਦੀ ਆ ਤੇ ਜ਼ਿਆਨ ਦੀਆਂ ਵੀ ਮੁਕੰਮਲ ਦਿਖਾਉਂਦੀ ਆ ਤੇ ਅੱਲਾ ਸੋਣਾ ਜੀ ਆਨੁਸੀਅਤ ਦੇਵੇ ਤੰਦਰੁਸਤੀ ਦੇਵੇ ਤੇ ਇਧਰ ਮੇਰਾ ਜਿਹੜਾ ਬੜਾ ਬੇਟਾ ਵਾਏ ਮਾਸ਼ੱਲਾ ਜਿਨੇ ਖੁਦ ਪਾਣੀ ਦੀ ਕੇਨ ਪਰਵਾ ਕੇ ਤੇ ਘਰ ਲੈ ਕੇ ਆਏ ਸਾਈਕਲੀ ਤੇ ਰਖਾ ਕੇ ਆਪਣੇ ਦੋਸਤ ਨੂੰ ਨਾਲ ਕਿਨ ਕਿ ਮੇਰੇ ਬਾਬਾ ਘਰ ਨਹੀਂ ਹੈਗੇ ਤੇ ਮਮਾ ਪਾਣੀ ਖਤਮ ਹੋਇਆ ਪਾਣੀ ਦੀ ਟੈਂਕੀ ਆ ਗਈ ਤੇ ਮੈਂ ਨਟਕੇ ਲੈ ਆਵਾਂ ਮੈਂ ਕਿ ਤੁਸੀਂ ਲੈ ਆਓ ਮਾਸ਼ੱਲਾ ਬਹੁਤ ਅੱਛਾ ਕੀਤਾ ਪਹਿਲੇ ਜਿਹੜਾ ਘਰ ਦਾ ਕੂੜਾ ਕਰਕਟ ਹੁੰਦਾ ਸੀ ਉਹ ਮੈਦ ਤੇ ਸੁੱਟ ਕੇ ਆਂਦੀ ਹੁੰਦੀ ਸੀ ਨਾਲ ਪਲਾਟ ਉਹ ਉੱਥੇ ਦੀਵਾਰ ਬਣ ਗਈ ਹੁਣ ਮਾਰ ਥੋੜੇ ਦੂਰ ਆ ਤੇ ਮਾਰ ਛਾਪਰਾਂ ਚ ਪਾਦੀ ਦਾ ਮਾਰ ਸਾਈਕਲੀ ਨੇ ਟੈਂਕ ਉਹ ਵੀ ਸਿੱਟਿਆ ਤੇ ਮੇਰੇ ਪੁੱਤ ਦੋ ਤਿੰਨ ਕੰਮ ਕਰਨ ਲੱਗ ਗਿਆ ਲੈ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਹਾਂਜੀ ਇਸ ਤਰੀ ਮਾਪ ਜੀ ਜਿਆਨ ਉਹਦਨਿਆ ਜੀ ਇਸ ਬਿਸਤਰੇ ਚ ਪਾਇਆ ਹੈ ਉਹ ਬਿਸਤਰਾ ਤੇ ਨਕੰਬਲਾ ਜਿਹਦਨ ਸਰਦੀ ਹੁੰਦੀ ਆ ਤੇ ਬਸ ਕਿਤੇ ਦੁੱਧ ਵਗੈਰਾ ਨਿਕਾਲ ਦਿੰਦਾ ਕਿਤੇ ਕੋਸ਼ ਤੇ ਬਸ ਨਾ ਉਹ ਖਰਾਬ ਹੋ ਜਾਂਦੇ ਫਿਰ ਉਹ ਸੁੱਕਦੇ ਨਹੀਂ ਜਲਦੀ ਤਾਂ ਇੰਨੇ ਜ਼ਿਆਦਾ ਰੱਖੇ ਹੋਏ ਆ ਤਾਂ ਚਲੋ ਮੈਂ ਅਦਨ ਤੇ ਮਾਰ ਦੀ ਛੋਟੀ ਹੁੰਦੀ ਦੀ ਤਸਵੀਰ ਦਿਖਾਉਂਦੀ ਜਿਆਨ ਦੇ ਨਾਲ ਮਤਲਬ ਇਸ ਤਰ੍ਹਾਂ ਦੀ ਸ਼ਕਲ ਸੀ ਜਾਂ ਮੁxtਲਫ ਮੈਂ ਤਾਂ ਤਿੰਨਾ ਪੈਣੇ ਪਈ ਸ਼ਕਲ ਮੁxtਲਫ ਲੱਗਦੀ ਆ ਮੁxtਲਫ ਬਿਲਕੁਲ ਹਾਂ ਜਿਆਨ ਦੀ ਮਤਲਬ ਮੈਂ ਕਰੀਬ ਤੋਂ ਦਿਖਾਉਂਦੀ ਆ ਹਾਂਜੀ ਜ਼ਿਆਨ ਦੀ ਐ ਜ਼ਿਆਨ ਦੀ ਹੋਰ ਸ਼ਕਲ ਆ ਲੇਕਿਨ ਹੁਣ ਸੁੱਤਾ ਹੋਇਆ ਬੜਾ ਨਾਲ ਢਿੱਲਾ ਜਿਹਾ ਮੂੰਹ ਕਰਕੇ ਸੁੱਤਾ ਤੇ ਮਾਰਦੀ ਆਪਣੀ ਸ਼ਕਲ ਆ ਜ਼ਿਆਨ ਦੀ ਆਪਣੀਆਂ ਤਿੰਨਾਂ ਭੈਣਾਂ ਪਈ ਲੱਗ ਲਾ ਇਹ ਵਾਲੀ ਅਦਨ ਹੁੰਦੀ ਸੀ ਛੋਟੀ ਹੁੰਦੀ ਉਹ ਉਸ ਟਾਈਮ ਕੋਈ ਏਡੇ ਮੋਬਾਈਲ ਨਹੀਂ ਸੀ ਹੁੰਦਾ ਛੋਟੇ ਜਿਹੇ ਮੋਬਾਈਲ 'ਚ ਬਣਾ ਕੇ ਅਸੀਂ ਤਸਵੀਰਾਂ ਮਤਲਬ ਧਵਾਇਆਂ ਹੋਈਆਂ ਵਾ ਹਾਂਜੀ ਇਹ ਹੁੰਦੀ ਸੀ ਅਦਨ ਹਾਂਜੀ ਏ ਬਬਿਆਸੀ ਜਿਹਦੇ ਨਾਲ ਮੰਗਣੀ ਕਰਨਗੇ ਨਾ ਉਸ ਦਿਨ ਦੀ ਤਸਵੀਰ ਉਥੇ ਮਾਮੀ ਦੀ ਦੁਪੱਟੇ ਦੀ ਨਾਲ ਚੱਲੀ ਜੀ ਬਣ ਕੇ ਤੁੱਚ ਪਾਈ ਹੋਈ ਹੈ ਜੀ ਗੁਰ ਇਸ ਤਰ੍ਹਾਂ ਜਿਸ ਤਰ੍ਹਾਂ ਜ਼ਿਆਨ ਦੀ ਟੈਂਡਾ ਇਸ ਤਰ੍ਹਾਂ ਅਦਨ ਦੀ ਹੁੰਦੀ ਸੀ ਕੋਈ ਵਾਲ ਨਹੀਂ ਸੀ ਹੁੰਦਾ ਸਿਰ ਤੇ ਤੇ ਅਦਨ ਨੇ ਵੀ ਕਿੰਨੇ ਹੌਂ ਟਿੱਲੇ ਜੇ ਛੱਡ ਕੇ ਤਸਵੀਰ ਬਣਵਾਈ ਹੋਈ ਹੈ ਸੁੱਤੇ ਪਿਆ ਬੱਚੇ ਇਸ ਤਰ੍ਹਾਂ ਹੀ ਕਰਦੇ ਹਨ ਹੈ ਅਦਨ ਨੇ ਚੂੜੀਆਂ ਪਾਈਆਂ ਸੀ ਅਦਨ ਨੇ orange ਫਰਾਕ ਪਾਈ ਸੀ ਬਗੈਰ ਬਾਜ਼ੂਆਂ ਤੋਂ ਇਸ ਤਰ੍ਹਾਂ ਦੀ ਅਦਨ ਹੁੰਦੀ ਅਦਨ ਉਸ ਟਾਈਮ 2.5 ਮਹੀਨੇ ਦੀ ਸੀਗੀ ਜੀ ਤੇ ਹੁਣ ਤੁਸੀਂ ਇਸ ਦਾ ਕਰੋ ਨਾ ਦੂਸਰੀ ਤਸਵੀਰ ਲਾਉਣਾ ਤੇ ਇਹ ਮੇਰਾ ਮਾਰ ਹੁੰਦਾ ਸੀਗਾ ਪਿਆਰਾ ਜਿਹਾ ਤੇ ਕਈ ਮਾਰ ਕਿਸ ਤਰ੍ਹਾਂ ਮਾਰ ਮਾਸ਼ਾਅੱਲਾ ਛੋਟਾ ਹੁੰਦਾ ਬੜਾ ਪਿਆਰਾ ਹੁੰਦਾ ਸੀ ਹੁਣ ਤਾਂ ਮਾਰ ਆਪਣੀ ਕੇਅਰ ਹੀ ਨਹੀਂ ਕਰਦਾ ਮਾਰ ਰੋਸ਼ਨੀ ਤਾਂ ਛੋੜੋ ਬੇਟਾ ਮਾਰ ਤੁਹਾਡੇ ਜਰਾਬਾਂ ਚ ਸਮੈਲ ਆ ਰਹੀ ਚਲੋ ਉਤਾਰੋ ਇਹਨਾਂ ਨੂੰ ਨਹੀਂ ਜੀ ਮੈਨ ਪੈਨ ਨਹੀਂ ਮੈਨ ਛਣ ਲੱਗਦੀ ਹੈ ਦੂਸਰੀ ਪੈਨ ਲਓ ਗਈ ਅੱਛਾ ਬਈ ਇਹ ਮਾਰ ਹੁੰਦਾ ਤਾਂ और ये अदन सिर्फ मैंने एक एक ही तस्वीर ली है क्योंकि इसलिए दिखाए का और ज्यान तो मैंने देखने तस्वीर देखने के बहन भाई, भाई की शक्लें मिलती हैं या, या तीनों मतलब अलग अलग शक्ल के हैं ना हाँ जी तो ज्यान अभी तो शक्लें और भी निकालेगा थोड़ा बड़ा होगा अदन भी पहले इतनी नैन नक्शों की ना मतलब थी मिडी मिडी सी अब अदन सही है ਕੌਮ ਪਾਣੀ ਲਗਾਣ ਗਿਆ ਸੀ ਤਾਂ ਤੇ ਪਪਾ ਤੇ ਮਾਲਟੇ ਲੈ ਕੇ ਆਏ ਮੈਨੂੰ ਦਿਖਾ ਦਿੱਤਾ ਕਿ ਖਾਣ ਵਾਸਤੇ ਇੱਕ ਮਾਲਟਾ ਮੈਂ ਥੋਪ ਚ ਖਾ ਲੈਂਦੀ ਹਾਂ ਹੁਣ ਅੱਲਾ ਦਾ ਸ਼ੁਕਰ ਹੈ ਮੈਂ ਵੀ ਇੱਕ ਖਾ ਲੈਂਦੀ ਹਾਂ ਤੇ ਇਹ ਆਖਰੀ ਮਾਲਟੇ ਸੀ ਤੇ ਮਤਲਬ ਖਾਲਾ ਲੋਕਾਂ ਕੋਲੋਂ ਲੈ ਕੇ ਆਂਦੇ ਹਾਂਜੀ ਖਾਲਾ ਦਾ ਘਾਰਾ ਚੱਕ ਚ ਤੇ ਖਾਲਾ ਹੁਣਾਂ ਕੋਲੋਂ ਲੈ ਕੇ ਆਏ ਸੀ ਇੱਕ ਛਾਪਰ ਤੇ ਇਹ ਟੱਪ ਵੀ ਛੋਟਾ ਜਿਹਾ ਲੱਗਦਾ ਜਿਸ ਤਰ੍ਹਾਂ ਬਹੁਤ ਜ਼ਿਆਦਾ ਹੁੰਦੇ ਆ ਤੇ ਇੱਕ ਛਾਪਰ ਲੈ ਕੇ ਆਂਦਾ ਸੀ ਤੇ ਚਲੋ ਹੁਣ ਮੈਂ ਇਦਾਂ ਦੀਆਂ ਫਰਾਕ ਸਲਾਈ ਕਰ ਰਹੀ ਆ ਉਹਦੇ ਨਾਲ ਫਰਾਕ ਤਾਂ ਪਾਈ ਬੜੀ ਪਿਆਰੀ ਲੱਗਦੀ ਇਸ ਕਰਕੇ ਮੇਰੀ ਤੇ ਸੇਮ ਇੱਦੀ ਜਿਹੀ ਬਣਾ ਰਹੀ ਆ ਤੇਰੀਆਂ ਵੀ ਫਰਾਕ ਠੀਕ ਹਨ ਹਾਂਜੀ ਐਵੇਂ ਦੀ ਹੂੰ ਤਾਂ ਫੇ ਆ ਤਾਂ ਨਹੀਂ ਬਿਲੀਓ ਕਪੜਾ ਬਿਲੀਓ ਨਹੀਂ ਵੀ ਆ ਜ਼ਰੂਰੀ ਸਾਰੇ ਸਕੂਲ ਦੀਆਂ ਵਰਦੀਆਂ ਬਣਾਈ ਜਾਣੀਆਂ ਇਹ ਤਾਂ ਵੈਸੇ ਬਣਾਈ ਆ ਮਾਂ ਜਾਣ ਨੂੰ ਕੁਝ ਘਰ ਪਾਣ ਨੂੰ ਹੋਰ ਇਹ ਦੇ ਦਰਮਿਆਨ ਵਾਲੀ ਪੱਟੀ ਕੇਰੀ ਲਾਉਂਗੇ ਪੱਟੀ ਕੀ ਨਾ ਵੀ ਲਈ ਤਾਂ ਖੈਰ ਅੱਛਾ ਜੂਨ ਸਰ ਮੈਂ ਗੋਲ ਲੈ ਕੇ ਆਉਂ ਉਹ ਤੋਂ ਦਿਖਾਇ ਨਾ ਅਲੀਦਨ ਤੀਪ ਬਣਾ ਰਹੀ ਸੀ ਨਾ ਉਹ ਬਣਾ ਹੀ ਨਹੀਂ ਤੋ ਫਿਰ ਅਬ ਹਮ ਦੁਬਾਰਾ ਪਹਿਲੇ ਅਮਨੇ ਖਾ ਲਿਆ ਅਬ ਦੁਬਾਰਾ ਦਿਖਾਏਗੀ ਸਹੀ ਹੈ ਮਾਂ ਜੀ ਤੋ ਜਨੇਦ ਅਬਨਾ ਜ਼ਿਆਨ ਕੀ ਮੁਕੰਮਲ ਵੀਡੀਓ ਜੋ ਪਹਿਲੇ ਅਸੀਂ ਵੀਡੀਓ ਬਣਾਈਏ ਕੁਝ ਤਸਵੀਰਾਂ ਬਣਾਈਆਂ ਉਹ ਸਾਰੀ ਆਪਣੇ ਭੈਣ ਭਾਈਆਂ ਨੂੰ ਸ਼ੇਅਰ ਕਰਦੇ ਆਂ ਦਿਖਾਤੇ ਆਂ ਕਿ ਜ਼ਿਆਨ ਇਸ ਤਰ੍ਹਾਂ ਦਾ ਥਾ ਅਦਰ ਮਾਰਜਾ ਹੈ ਜਾਂ ਆਪਣੀ ਲਗ ਸ਼ਕਲ ਦਾ ਚਲੇ ਜੀ ਹੁਣ ਅਸੀਂ ਦਿਲ ਥਾਮ ਕੇ ਬੈਠਣਾ ਤੇ ਅਸੀਂ ਜਿਹੜਾ ਨਾ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਜਿਹੜੀ ਯਾਨੀ ਕਿ ਅਸੀਂ ਵੀਡੀਓ ਬਣਾਈ ਸੀ ਇਹ ਜ਼ਿਆਨ ਫਸਦ ਦੇ ਪਹਿਲੇ ਦਿਨ ਦਾ ਵਾ ਤੇ ਅਸੀਂ ਨਾ ਹਜੇ ਸਾਰੇ ਦੇਖ ਰਹੇ ਨੇ ਤੇ ਜ਼ਿਆਨ ਨੂੰ ਜਿਹੜਾ ਨਾ ਹਾਂਜੀ ਸਰਦੀ ਬਹੁਤ ਜ਼ਿਆਦਾ ਬਿਲਕੁਲ ਇਸ ਰਹੀ ਹੈ ਤੇ ਅਸੀਂ ਯਾਨੀ ਕਿ ਫਸਟ ਦੇਤੇ ਹੈ ਨਾ ਤਸਵੀਰਾਂ ਵਗੈਰਾ ਬਣਾਈਆਂ ਸੀ ਤੇ ਉਸ ਦਿਨ ਇਹ ਇੱਕ ਦਿਨ ਦਾ ਸੀ ਜ਼ਿਆਨ ਜੀ ਐ ਜ਼ਿਆਨ ਹਾਂਜੀ ਜ਼ਿਆਨ ਪੰਜ ਦਿਨ ਦਾ ਵਾ ਜ਼ਿਆਨ ਤੇ ਜਿਸ ਦਿਨ ਅਸੀਂ ਇਹਨੂੰ ਵੈਕਸੀਨ ਕਰਵਾਣ ਗਏ ਨਾ ਫਸਟ ਵੈਕਸੀਨ ਇਹਦੀ ਜਿਹੜੀ ਆ ਨਾ ਉਹ ਕਰਵਾਈ ਸੀ ਹਾਂਜੀ ਅਜੇ ਚੰਡ ਨਹੀਂ ਲਾਈ ਤੇ ਇਹ ਜੇ ਛੋਟਾ ਜਿਹੜਾ ਨਾ ਬਿਲਕੁਲ ਜੀ ਇਹ ਪਕੜਿਆ ਕਿ ਨਹੀਂ ਹੋਇਆ ਇਹਦੀ ਖਾਲਾ ਨੇ ਪਕੜਿਆ ਹੋਇਆ ਪਕੜਿਆ ਤੁਹਾਨੂੰ ਮੇਰੇ ਬਾਜ਼ੂ ਨਹੀਂ ਨਜ਼ਰ ਆ ਰਹੀ ਅੱਛਾ 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 ਮੈਨੂੰ ਕਿ ਪਤਾ ਨਹੀਂ ਇਹਦੀ ਖਾਲਾ ਨੇ ਪਕੜਿਆ ਹੋਇਆ ਤੇ ਇਹ ਹਜੇ ਦੇਖੇ ਇਹ ਕਹਿੰਦਾ ਕਿ ਜਿਹੜਾ ਨਾ ਕਿੰਨਾ ਪਿਆਰਾ ਜਿਹੜਾ ਨਾ ਇਹ ਜਰਸੀ ਹੈ ਜੋ ਤੁਹਾਨੂੰ ਸਹੀ ਹੈ ਤੇ ਇਹ ਸਿਰਫ ਸੀ ਉਸ ਦਿਨ ਤਕਰੀਬਨ 5 ਦਿਨ ਦਾ ਸੀ ਜੀ ਹੁਣ ਅਸੀਂ ਦੱਸਦੇ ਪਏ ਆ ਕਿ ਇਹ ਜਿਹੜੀ ਤਿਆਰੀ ਹੋ ਰਹੀ ਆ ਇਹ ਹੋ ਰਹੀ ਆ ਹਾਂਜੀ ਛਾਂਡੇ ਦੀ ਲਵਾ ਦਿੱਤੀ ਸੀ ਨਾ ਤੇ ਹੁਣ ਅਸੀਂ ਇਹਨੂੰ ਤਿਆਰ ਕਰਦੇ ਪਏ ਆ ਕਿ ਇਹਨੇ ਜਾਣਾ ਵਾ ਉਹ ਜਿਹਨੂੰ ਖਤਨੇ ਕਹਿੰਦੇ ਜਾਂ ਸੁਨਤਾ ਕਹਿੰਦੇ ਉਹ ਕਰਵਾਉਣ ਵਾਸਤੇ ਮੈਂ ਲੈ ਕੇ ਜਾ ਰਿਆਂ ਨੂੰ ਹਸਪੀਟਲ ਹਾਂਜੀ ਇਹ ਛੋਟਾ ਜਿਹਾ ਸਿੱਧਾ ਸਿਰਫ ਪਾਸੇ ਨਾ ਪੈ ਜਾਂਦਾ ਸੀ ਤੇ ਅਦਰ ਨੇ ਫੇਰ ਦੀ ਨਾ ਤਸਵੀਰਾਂ ਬਣਾ ਲੈਂਦੀ ਸੀਗੀ ਤੇ ਐਸਾ ਜਦੋਂ ਕੋਈ ਐਕਸ਼ਨ ਵਗੈਰਾ ਲਾਂਦਾ ਸੀ ਤਾਂ ਫੌਰਨ ਤਸਵੀਰਾਂ ਜਾਂ ਵੀਡੀਓ ਦੀ ਬਣਾ ਕੇ ਫਿਰ ਆਪਣੀ ਆਂਟੀ ਨੂੰ ਸੈਂਡ ਕਰਦੀ ਸੀ ਆਂਟੀ ਜੀ ਦੇਖੋ ਜ਼ਿਆਨ ਕਿੰਨੀਆਂ ਸ਼ਰਾਰਤਾਂ ਕਰ ਰਿਹਾ ਵਾ ਹਾਂਜੀ ਤੇ ਆ ਚੁੱਪਰੀ ਸੀ ਕਰਦਾ ਜਿਸ ਟਾਈਮ ਡਾਕਟਰਾਂ ਨੇ ਕਿਹਾ ਸੀ ਕਿ ਇਹਨੂੰ ਰੋਣ ਨਹੀਂ ਦੇਣਾ ਫਿਰ ਇਹਨੂੰ ਚੂਸ ਨਹੀਂ ਲਗਾਈ ਸੀ ਹਾਂਜੀ ਇਹ ਤਕਰੀਬਨ ਇਹ ਉਹਦੋਂ ਇਹ ਕਿੰਨੇ ਦਿਨ ਦਾ ਸੀ ਇਹ ਤਕਰੀਬਨ ਹੈ ਜੀ हां जी ਇਹ ਵੀ ਜਿਸ ਦਿਨ ਇਹਨੂੰ ਨਾਈ ਨਾਈ ਕਰਵਾਈ ਸੀ ਤੇ ਫਿਰ ਤਿਆਰ ਕੀਤਾ ਸੀ ਇਹਨਾਂ ਨੇ ਫੇਰ ਇਹਦੀ ਮਤਲਬ ਵੀਡੀਓ ਵਗੈਰਾ ਬਣਾ ਕੇ ਰੱਖੀ ਹੋਈ ਸੀ ਤੇ ਅਸੀਂ ਕਿਹਾ ਚਲੋ ਸਾਰੀ ਵੀਡੀਓ ਇਹਦੀ ਨੈਟ ਤੇ ਮਤਲਬ YouTube ਤੇ ਅਪਲੋਡ ਕਰਦੇ ਆ ਜਦੋਂ ਮਰਜ਼ੀ ਦੇਖ ਲਓ ਐਸ ਮੇਰਾ ਮੇਰੇ ਖਿਆਲ ਜਿਸ ਦਿਨ ਬਾਜੀ ਨੇ ਦੇਖਣਾ ਹਣਾ ਬਾਜੀ ਮਤਲਬ ਗੁਜਰਾਵਾਲੇ ਵਾਲੇ ਆਲੀ अच्छा 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 सही है उन्होंने आना ਸੀ ਮੈਂ ਕਿਹ ਪਤਨੀ ਬਾਜੀ ਮੇਰੀ ਫਟਾਫਟ ਕਪੜੇ ਜਿੰਦਗੀ ਤੇ ਅਸੀਂ ਪਹਿਲੇ ਗਰਭ ਪਾ ਕੇ ਪਿਆ ਸੀ ਫਿਰ ਮੈਨੂੰ ਹਾਈ ਕੋਲ ਪਿਆ ਸੀ ਮੈਂ ਇਹੀ ਪਾ ਦਿੱਤਾ ਦਵਾਈ ਦਾ ਸਹੀ ਹੈ ਮੈਂ ਕਿ ਬਾਜੀ ਦੇਖਣ ਆ ਰਹੀ ਚਲੋ ਥੋੜਾ ਚੇਂਜ ਕਰ ਲਈਏ ਤੇ ਉਸ ਦਿਨ ਫਿਰ ਮਤਲਬ ਵੀਡੀਓ ਬਣਾ ਕੇ ਅਦਨ ਨੇ ਰੱਖੀ ਸੀ ਵੀ ਅੱਜ ਮਤਲਬ ਬਾਲੂ ਨੂੰ ਤਿਆਰ ਕੀਤਾ ਹਾਂ ਜਾਨੀ ਕਿ ਜਿਸ ਦਿਨ ਕਪੜੇ ਡਰੈਸ ਚੇਂਜ ਕਰਦੇ ਸੀ ਨਾ ਬਿਲਕੁਲ 20 ਦੇ ਅੰਦਾ ਸੀ ਉਸ ਦਿਨ ਹਾਂ 20 ਹਾਂਜੀ ਇਨਕ ਹੈ ਸੀ ਹਾਂਜੀ ਇਹ ਤਕਰੀਬਨ 20 ਦਿਨਾਂ ਦਾ ਹੋ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਕਿਉਂਕਿ ਅਸੀਂ ਤਕਰੀਬਨ 10 ਦਿਨ ਤੋਂ ਉੱਥੇ ਰਹਿ ਕੇ ਆਏ ਆ ਨਾ ਤੇ ਫਿਰ ਇੱਕ ਹਫਤਾ ਹੋ ਗਿਆ ਸੀ ਸਾਨੂੰ ਇੱਥੇ ਅਨ ਚੌਕ ਆਦਮ ਤੇ ਤੇ ਅਸੀਂ ਉਸ ਦਿਨੇ ਇਹ ਅਦਰ ਨੇ ਵੀਡੀਓ ਬਣਾ ਕੇ ਰੱਖੀ ਸੀ ਅੱਛਾ ਇਸ ਤੇ ਮੇਰਾ ਖਿਆਲ ਮੈਂ ਬੈਠਾ ਸੀ ਤੇ ਇਹ ਨਾ ਆਪਣੇ ਨਾਖਰ ਮਾਰਦਾ ਸੀ ਤੇ ਫਿਰ ਮੈਂ ਇਸ ਦੀ ਨਾ ਹਾਈ ਨੈਕ ਜਿਹੜੀ ਹੈ ਨਾ ਉਹ ਥੋੜੀ ਜੀ ਬਾਜ਼ੂ ਤੋਂ ਬਾਹਰ ਕੱਢ ਦਿੱਤੀ ਸੀ ਮੈਂ ਕਿਹਾ ਵੀ ਇਹ ਇੱਕ ਦਿਨ ਪਹਿਲੇ ਸਮੈਰਾ ਕੱਟਣ ਲੱਗੀ ਸੀ ਨਾਖਰ ਤੇ ਕਹਿੰਦੀ ਮੇਰਾ ਨਾ ਇਹ ਛੋਟਾ ਬਹੁਤ ਆ ਤੇ ਮੈਂ ਨਹੀਂ ਕੱਟ ਸਕਦੀ ਹੈ ਕਿ ਫਿਰ ਮੈਂ ਕਿਹਾ ਅੱਛਾ ਮੈਂ ਨਾ ਇਹਦੀ ਆਪ ਟਰਾਈ ਕਰਦਾ ਨਾ ਨਾਖਰ ਮੈਂ ਕਿ ਮੈਂ ਕੱਟਦਾ ਨਹੀਂ ਮੈਂ ਤਾਂ ਲੰਬੇ ਬਾਜ਼ੂ ਵਾਲੇ ਕੱਪੜੇ ਪਾ ਦਿੰਦੀ ਹਾਂ ਮੈਨੂੰ ਤੇ ਨਾਖਰ ਨਾ ਮਾਰੇ ਜੀ ਇਸ ਤੇ ਬੈਠਾ ਜਿਹੜਾ ਨਾ ਮਮਾ ਜੀ ਜ਼ਿਆਨ ਨਸਾ ਸੋਇਆ ਹੋਇਆ ਤੇ ਜੂਸ ਨਹੀਂ ਪੀ ਰਿਹਾ ਜੀ ਬਸ ਐ ਤੇ ਅਦਨ ਇਸ ਕਰਕੇ ਵੀਡੀਓ ਬਣਾਈ ਸੀ ਸੋਕੇ ਨਾ ਹੱਸ ਰਿਹਾ ਸੀ ਅਦਨ ਬਹੁਤ ਨਸ ਦੀਕ ਤੋਂ ਬਣਾਈ ਬਹੁਤ ਬੜਾ ਲੱਗ ਰਿਹਾ ਲੇਕਿਨ ਇਹ ਬੜਾ ਹੈ ਨਹੀਂ ਜਦੋਂ ਕਹਿੰਦੀ ਸੀ ਮਮਾ ਜੀ ਜ਼ਿਆਨ ਹੱਸ ਰਿਹਾ ਤੇ ਮੈਂ ਰੋਟੀਆਂ ਬਣਾ ਰਹੀ ਸੀ ਕਹਿੰਦੀ ਮਮਾ ਜੀ ਤੁਹਾਨੂੰ ਵੀਡੀਓ ਬਣਾ ਲੈਣੀ ਬਾਅਦ ਚ ਦਿਖਾਵਾਂਗੀ ਜ਼ਿਆਨ ਨਾ ਸੋਕੇ ਹੱਸ ਰਿਹਾ ਵਾ ਮੈਂ ਕਿਹਾ ਚਲੋ ਠੀਕ ਆ ਬਣਾ ਲਓ ਵੀਡੀਓ ਫੇਮ ਨੂੰ ਬਾਅਦ ਚ ਦਿਖਾ ਦਿਓ ਕਹਿੰਦੀ ਕਿ ਕੋਈ ਨਾ ਕੋਈ ਨਾ ਜ਼ਿਆਨ ਖਾਬ ਦੇਖ ਲੈਂਦਾ ਹਾਂਜੀ ਮੈਂ ਕਿਹਾ ਚਲੋ ਇਹ ਵੀ ਠੀਕ ਹੋ ਗਿਆ ਹੁਣ ਅੱਗੇ ਉਮਾਰ ਜਿਹੜਾ ਨਾ ਆਪਣੀ ਸ਼ੁਰੂ ਕਰਦਾ ਸੀ ਕਿ ਕਿੰਨੀ ਪੈਣੀ ਗੱਟਾ ਤਾਂ ਨਹੀਂ ਸਿਰ ਦੇ ਥਲੇ ਕਰੋ ਇਹ ਹਟਮ ਗੱਟਾ ਲਾ ਲੈਂਦਾ ਸਿਰ ਤੋਂ ਹਾਂ ਉਤੋਂ ਲਾ ਲੈਂਦਾ ਉਹ ਕਹਿੰਦੀ ਗੱਟਾ ਨਾਲੇ ਨਾ ਉਹ ਗੱਟਾ ਲਾ ਲੈਂਦਾ ਉਹ 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 ਹੇ ਇਹ ਗੱਟਾ ਕੋਲੂ ਦੀ ਆ। ਰੋਣ ਲਗਾ ਰੋ। ਓ ਓ ਆਪੀ ਆ ਗਈ। ਆਪੀ ਆ ਗਈ। ਹੋਏ ਹੋਏ ਜਾਨ ਨੇ। ਹਾਂ ਜੀ ਇਹਨੂੰ ਫੁੱਲ ਲਗਾਤਾ। ਹਾਂ ਜੀ। ਉਹ गिर ਗਿਆ। ਇਹ ਮੈਂ ਪਾ ਲੈ ਵੀ ਇਹਨੂੰ ਫੁੱਲ ਲਾਤਾ। ਔਰ ਹੋਰ ਇਹ ਹਾਂ? ਜ਼ਿਆਦਾ ਟੈਂਟ ਤੇ ਵਾਲ ਕਿਉਂ ਨਹੀਂ ਆ ਰਹੇ? উল্টা রাখতা سیدھا ইয়ে আচ্ছা ভই এদন আব জিয়ান কো ভি সাজা رہی হ ফুলোঁ কে সাথ